ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਆਊਟ ਕਰ ਦਿੱਤੀ ਗਈ ਹੈ। ਕਿੱਦਾਂ ਇਹਦੇ ਲਈ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਕੰਪਲੀਟ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਵਾਂਗਾ। ਸੋ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਦੇਣਾ, ਪੂਰੀ ਜਾਣਕਾਰੀ ਤੁਹਾਨੂੰ ਮਿਲੇਗੀ। ਸੋ ਚੈੱਕ ਕਰਦੇ ਰਹਿਣਾ ਜੀ, ਸਾਡੇ ਚੈਨਲ 'ਤੇ ਅਸੀਂ ਆਲਰੇਡੀ 2 ਤੋਂ 3 ਨਵੀਆਂ ਵੈਕੈਂਸੀਆਂ ਜਿਹੜੀਆਂ ਨੇ ਉਹ ਪਾ ਚੁੱਕੇ ਹਾਂ ਜੀ ਵੀਡੀਓ ਦੇ ਰੂਪ ਦੇ ਵਿੱਚ। ਜਲਦੀ ਨਾਲ ਜਾ ਕੇ ਚੈੱਕ ਕਰ ਲਓ, ਫਿਰ ਵੀ ਕੋਈ ਡਾਊਟ ਹੋਏਗਾ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ 'ਤੇ, ਅਤੇ ਉੱਥੇ ਜਾ ਕੇ ਡਿਸਕਸ ਕਰਦੇ ਹਾਂ ਅਸੀਂ ਹਰ ਇਨਫੋਰਮੇਸ਼ਨ। ਪਰ ਉਸ ਤੋਂ ਬਾਅਦ ਦੱਸਣਾ ਚਾਹਾਂਗਾ, ਅਸੀਂ ਆਪਣੇ ਚੈਨਲ 'ਤੇ ਹਰ ਤਰ੍ਹਾਂ ਦੀ ਰਿਕਰੂਟਮੈਂਟ ਅਪਡੇਟ ਕਰਦੇ ਰਹਿੰਦੇ ਹਾਂ, ਚਾਹੇ ਛੋਟੇ ਛੋਟੇ ਕੋਈ ਵੀ ਹੋਵੇ ਜਾਂ ਵੱਡੀ ਤੋਂ ਵੱਡੀ, ਸੈਂਟਰ ਸਟੇਟ ਅਤੇ ਪ੍ਰਾਈਵੇਟ ਫਰਮ ਦੀਆਂ ਹਰ ਇੱਕ ਵੈਕੈਂਸੀ ਜਿਹੜੀਆਂ ਨੇ ਸਾਡੇ ਚੈਨਲ 'ਤੇ ਤੁਹਾਨੂੰ ਮਿਲ ਜਾਣਗੀਆਂ। ਜ਼ਰੂਰ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਜੀ ਕਰਨਾ ਹੋਏਗਾ। ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਨੋਟੀਫਿਕੇਸ਼ਨ 'ਤੇ, ਉੱਥੇ ਜਾ ਕੇ ਕਰਦੇ ਹਾਂ ਡਿਸਕਸ ਇਸ ਭਰਤੀ ਦੇ ਬਾਰੇ ਵਿੱਚ ਜੀ। ਸਭ ਤੋਂ ਪਹਿਲਾਂ ਅਸੀਂ ਆ ਚੁੱਕੇ ਹਾਂ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਉੱਤੇ। ਇਹ ਅਫੀਸ਼ੀਅਲ ਅਪਡੇਟ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ। ਇਸ ਦੇ ਵਿੱਚ ਉਹਨਾਂ ਨੇ ਜਨਰਲ ਇਨਫੋਰਮੇਸ਼ਨ ਕੈਂਡੀਡੇਟ ਦੇ ਲਈ ਦਿੱਤੀ ਹੋਈ, ਜਿਹਦੇ 353 ਪੋਸਟਾਂ ਜਿਹੜੀਆਂ ਨੇ ਉਹ ਵੈਟਨਰੀ ਆਫਿਸਰ ਦੀਆਂ ਆਊਟ ਕੀਤੀਆਂ ਗਈਆਂ ਨੇ, ਜੋ ਕਿ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਫਿਸ਼ਰੀ ਐਂਡ ਡੇਅਰੀ ਡਿਵੈਲਪਮੈਂਟ ਵੱਲੋਂ ਆਊਟ ਕੀਤਾ ਗਿਆ ਹੈ ਜੀ। ਇਸ ਦੇ ਵਿੱਚ ਔਨਲਾਈਨ ਐਪਲੀਕੇਸ਼ਨ ਫਾਰਮਸ ਜਿਹੜੀਆਂ ਨੇ ਐਲੀਜੀਬਲ ਕੈਂਡੀਡੇਟਸ ਦੇ ਕੋਲੋਂ ਮੰਗੇ ਗਏ ਨੇ, ਇਹਦੇ ਲਈ ਤੁਸੀਂ ਔਨਲਾਈਨ ਅਪਲਾਈ ਜਿਹੜਾ ਜੀ ਉਹ ਕਰਨਾ ਹੋਏਗਾ। ਸੋ ਇਸ ਦੇ ਵਿੱਚ ਇਹਨਾਂ ਨੇ ਜਿਹੜੀ ਕੈਟਾਗਰੀ ਵਾਈਜ਼ ਜਿਹੜੀਆਂ ਵੈਕੈਂਸੀਜ਼ ਨੇ ਉਹਨਾਂ ਨੂੰ ਬਾਈਫਰਕੇਟ ਕਰ ਦਿੱਤਾ ਹੈ, ਜਿਸ ਦੇ ਵਿੱਚ ਮੇਲ ਕੈਂਡੀਡੇਟ ਅਤੇ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵੇਸ਼ਨ ਜਿਹੜੀ ਹੈ ਉਹ ਰੱਖੀ ਗਈ ਹੈ। ਸਭ ਤੋਂ ਪਹਿਲੇ ਜਨਰਲ ਕੈਂਡੀਡੇਟਸ ਦੇ ਲਈ ਜਿਹੜੀ 137 ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, 39 ਜਿਹੜੀਆਂ ਨੇ ਉਹ ਵੁਮੈਨ ਕੈਂਡੀਡੇਟ ਦੇ ਲਈ ਹੈਗੀਆਂ ਨੇ। ਐਕਸ ਸਰਵਿਸਮੈਨ ਦੇ ਲਈ ਜਿਹੜੀਆਂ ਨੇ 25 ਮੇਲ ਕੈਂਡੀਡੇਟ ਲਈ, 14 ਫੀਮੇਲ ਕੈਂਡੀਡੇਟ ਦੇ ਲਈ, ਵਾਰਡ ਅਤੇ ਫ੍ਰੀਡਮ ਫਾਈਟਰ ਪੰਜਾਬ ਦੇ ਲਈ 3 ਔਰ 1 ਜਿਹੜੀਆਂ ਨੇ ਫੀਮੇਲ ਕੈਂਡੀਡੇਟ ਦੀ, ਸਪੋਰਟਸ ਪਰਸਨ ਪੰਜਾਬ ਦੇ ਲਈ 7 ਔਰ 4 ਜਿਹੜੀਆਂ ਨੇ ਵੁਮੈਨ ਕੈਂਡੀਡੇਟ ਲਈ ਆਊਟ ਕੀਤੀਆਂ ਗਈਆਂ ਨੇ। ਪਰਸਨ ਵਿਦ ਡਿਸੇਬਿਲਿਟੀ ਪੰਜਾਬ ਦੇ ਲਈ 5 ਵੈਕੈਂਸੀਆਂ ਨੇ, ਅਤੇ 2 ਜਿਹੜੀਆਂ ਨੇ ਉਹ ਪੋਸਟ ਵੁਮੈਨ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ। ਹੋਰ ਵੀ ਨੀਚੇ ਕਈ ਕੈਟਾਗਰੀਜ਼ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਾਈਫਰਕੇਟ ਕੀਤਾ ਹੋਇਆ, ਸੋ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਜੀ। ਇਸੇ ਦੇ ਨਾਲ ਅਗਰ ਮੈਂ ਨੈਕਸਟ ਗੱਲ ਕਰਾਂ, ਇਹਨਾਂ ਪੋਸਟ ਨੂੰ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ, ਉਹ ਉਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਜੀ। ਸੋ ਤੁਸੀਂ ਜਿਹੜਾ ਜੀ ਚੈੱਕ ਜ਼ਰੂਰ ਕਰ ਲੈਣਾ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ, ਇਸ ਦੇ ਵਿੱਚ ਤੁਹਾਡੀ ਸੈਲਰੀ 47,600 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ, ਜੋ ਕਿ ਬਹੁਤ ਹੀ ਵਧੀਆ ਜਿਹੜੀ ਹੈ ਸੈਲਰੀ ਪੇ ਸਕੇਲ ਹੈਗੀ ਹੈ। ਇਨੀਸ਼ੀਅਲ ਜਿਹੜੀ ਹੈ ਜੀ ਸਟਾਰਟਿੰਗ ਸੈਲਰੀ ਹੈ, ਸਟਾਰਟਿੰਗ ਸੈਲਰੀ ਤੋਂ ਮਤਲਬ ਇਹ ਹੈ ਕਿ ਤੁਹਾਨੂੰ ਸ਼ੁਰੂ 'ਚ ਇਨੀਸ਼ੀਅਲੀ ਇਹੀ ਸੈਲਰੀ ਜਿਹੜੀ ਹੈ ਮਿਲਣ ਵਾਲੀ ਹੈ, ਫਿਰ ਉਸ ਤੋਂ ਬਾਅਦ ਟਾਈਮ ਟੂ ਟਾਈਮ ਜਿਹੜੀ ਹੈ ਜੀ ਇਹ ਵੱਧਦੀ ਰਹੇਗੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸੈਂਸ਼ੀਅਲ ਕੁਆਲੀਫਿਕੇਸ਼ਨ ਦੀ, ਜਿਹਨਾਂ ਕੈਂਡੀਡੇਟ ਨੇ ਬੈਚਲਰ ਡਿਗਰੀ ਵੈਟਨਰੀ ਸਾਇੰਸ ਦੇ ਵਿੱਚ ਐਨੀਮਲ ਹਸਬੈਂਡਰੀ ਦੇ ਵਿੱਚ ਕੀਤੀ ਹੋਈ ਹੈ, ਸੀਗਾ ਜੀ ਉਹ ਤੋਂ ਜਿਹੜੇ ਕਿ ਯੂਨੀਵਰਸਿਟੀ ਰੈਕੋਗਨਾਈਜ਼ ਆ ਔਰ ਵੈਟਨਰੀ ਕੌਂਸਲ ਆਫ ਇੰਡੀਆ ਵੱਲੋਂ ਹੈਗੀਆਂ ਜੀ। ਇਹਦੇ ਵਿੱਚ ਤੁਸੀਂ ਪੰਜਾਬ ਵੈਟਨਰੀ ਕੌਂਸਲ ਦੇ ਵਿੱਚ ਰਜਿਸਟਰਡ ਹੋਣੇ ਜ਼ਰੂਰੀ ਹੈ ਜੀ, ਅਤੇ ਪੰਜਾਬੀ ਮੈਟ੍ਰਿਕ ਦੇ ਵਿੱਚ ਕੀਤੀ ਹੋਣੀ ਜਿਹੜੀ ਹੈ ਜੀ ਜਿਹੜੀ ਮੈਟ੍ਰਿਕ ਆ ਪੰਜਾਬੀ ਦੇ ਵਿੱਚ ਕੀਤੀ ਹੋਣੀ ਜ਼ਰੂਰੀ ਜਿਹੜੀ ਹੈ ਉਹ ਹੈ। ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਕਿ ਜਿਹੜੇ ਨੈਕਸਟ ਆਪਸ਼ਨਸ ਨੇ ਕਿ ਇੰਪੋਰਟੈਂਟ ਡੇਟ ਜਿਹੜੀ ਹੈ, ਲਾਸਟ ਡੇਟ ਜਿਹੜੀ ਹੈ ਤੁਹਾਡੀ ਉਹ 10/12/2021 ਔਰ ਤੁਹਾਡੀ ਕੁਆਲੀਫਿਕੇਸ਼ਨ ਇਸ ਤੋਂ ਪਹਿਲਾਂ ਕੰਪਲੀਟ ਹੋਣੀ ਜ਼ਰੂਰੀ ਹੋਵੇਗੀ। ਨੈਕਸਟ ਅਗਰ ਮੈਂ ਗੱਲ ਕਰਾਂ ਏਜ ਦੀ, 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ। ਇਸ ਦੇ ਵਿੱਚ ਜਿਹੜੇ ਸੈਂਟਰ ਦੇ, ਸਟੇਟ ਦੇ ਜਾਂ ਕਾਰਪੋਰੇਸ਼ਨ ਜਾਂ ਕਮਿਸ਼ਨ ਜਾਂ ਜਿਹੜੇ ਆਲਰੇਡੀ ਇੰਪਲੋਈ ਨੇ ਸਟੇਟ ਦੇ ਸੈਂਟਰ ਦੇ ਉਹ ਇਹਦੇ ਅਗਰ ਅਪਲਾਈ ਕਰ ਰਹੇ ਨੇ, ਸੋ ਉਹਨਾਂ ਨੂੰ ਜਿਹੜੇ 45 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ, ਅਤੇ 42 ਸਾਲ ਤੱਕ ਦੀ ਜਿਹੜੇ ਐੱਸ ਸੀ ਐੱਸ ਟੀ ਕੈਂਡੀਡੇਟ ਹੋਣਗੇ ਉਹਨਾਂ ਨੂੰ ਦਿੱਤੀ ਜਾਏਗੀ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਅਬਰ ਏਜ ਜਿਹੜੇ ਵਿਡੋ ਨੇ, ਡਿਵੋਰਸ ਕੈਂਡੀਡੇਟ ਨੇ, ਉਹਨਾਂ ਨੂੰ 42 ਸਾਲ ਤੱਕ ਦੀ ਦਿੱਤੀ ਜਾਏਗੀ ਜੀ। ਜਿਹੜਾ ਪੈਟਰਨ ਹੋਏਗਾ ਉਹ ਐਗਜ਼ਾਮੀਨੇਸ਼ਨ ਦਾ, ਉਹਨਾਂ ਨੇ ਨੀਚੇ ਮੈਂਸ਼ਨ ਕੀਤਾ ਹੋਇਆ, ਰਿਟਨ ਕੰਪੀਟੀਟਿਵ ਐਗਜ਼ਾਮੀਨੇਸ਼ਨ 120 ਕੁਸ਼ਚਨਸ ਹੋਣਗੇ, ਜਿਹਦੇ ਟੋਟਲ 480 ਮਾਰਕਸ ਹੋਣਗੇ, ਇੰਟਰਵਿਊ 60 ਮਾਰਕਸ ਦਾ ਜਿਹੜਾ ਜੀ ਤੁਹਾਨੂੰ ਦਿੱਤਾ ਜਾਏਗਾ। ਨੈਕਸਟ ਅਗਰ ਗੱਲ ਕਰਾਂ ਪੈਟਰਨ ਦੀ, ਅਤੇ ਜਿਹੜੇ ਕੁਸ਼ਚਨਸ ਹੋਣਗੇ ਤੁਹਾਡੇ ਸਬਜੈਕਟ ਦੇ ਰਿਲੇਟਡ, 100 ਕੁਸ਼ਚਨਸ ਹੋਣਗੇ ਜੋ ਕਿ 400 ਮਾਰਕਸ ਦੇ ਹੋਣਗੇ, ਜੋ ਕਿ ਐਮ ਸੀ ਕਿਊ ਨੇ, ਅਤੇ ਕੁਸ਼ਚਨ ਜਿਹੜੇ ਲੋਜਿਕ ਰੀਜ਼ਨਿੰਗ ਮੈਂਟਲ ਅਬਿਲਿਟੀ ਜਨਰਲ ਨੌਲੇਜ ਦੇ ਜਿਹੜੇ ਨੇ 20 ਕੁਸ਼ਚਨ 80 ਮਾਰਕਸ ਦੇ ਜਿਹੜੇ ਨੇ ਉਹ ਤੁਹਾਡੇ ਇਹਦੇ ਵਿੱਚ ਹੋਣ ਵਾਲੇ ਨੇ ਜੀ। ਟੋਟਲ 120 ਕੁਸ਼ਚਨ 480 ਮਾਰਕਸ ਦੇ ਹੋਣਗੇ, ਇਹਦੇ ਵਿੱਚ ਨੈਗੇਟਿਵ ਮਾਰਕਿੰਗ 1/4 ਜਿਹੜੀ ਹੈ ਜੀ ਉਹ ਇਹਦੇ ਵਿੱਚ ਹੋਣ ਵਾਲੀ ਹੈ। ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਡਿਊਰੇਸ਼ਨ 2 ਘੰਟੇ ਦਾ ਹੋਏਗਾ, ਔਰ ਇਸ ਦੇ ਵਿੱਚ ਜਿਹੜੇ ਤੁਹਾਡੇ ਕੁਸ਼ਚਨਸ ਹੋਣਗੇ, ਰਿਟਨ ਟੈਸਟ ਹੋਏਗਾ, ਜੋ ਕਿ ਕੁਸ਼ਚਨ ਪੇਪਰ ਜਿਹੜਾ ਯੂਜ਼ ਹੋਏਗਾ ਇਸ ਦੇ ਵਿੱਚ
ਔਰ ਮੋਡ ਐਗਜ਼ਾਮੀਨੇਸ਼ਨ ਪੈਨ ਐਂਡ ਪੇਪਰ ਬੇਸਡ ਜਿਹੜਾ ਟੈਸਟ ਹੈ ਉਹ ਤੁਹਾਡਾ ਇਸ ਦੇ ਵਿੱਚ ਜਿਹੜਾ ਉਹ ਰਹਿਣ ਵਾਲਾ ਹੈ। ਇਨਫੋਰਮੇਸ਼ਨ ਐਗਜ਼ਾਮ ਸੈਂਟਰ ਦੀ ਐਡਮਿਟ ਕਾਰਡ ਦੇ ਉੱਪਰ ਅਪਡੇਟ ਕਰ ਹੀ ਦੇਣਗੇ। ਐਲੀਜੀਬਿਲਿਟੀ ਅਤੇ ਸਕਿਉਰਿਟੀ ਜਿਹੜਾ ਹੋਏਗਾ ਤੁਹਾਡਾ ਸਕਿਉਰਿਟੀ ਐਪਲੀਕੇਸ਼ਨ ਫੋਰਮ ਜਿਹੜੇ ਨੇ ਉਹ ਟੈਸਟੀਮੋਨੀਅਲ ਦਾ ਹੋਏਗਾ, ਉਸ ਤੋਂ ਬਾਅਦ ਹੀ ਹੋਏਗਾ। ਸੋ ਇਹ ਕਾਫੀ ਵਧੀਆ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਿਹੜੇ ਕੈਂਡੀਡੇਟ ਐਲੀਜੀਬਲ ਨੇ ਜ਼ਰੂਰ ਇਹਦੇ ਲਈ ਅਪਲਾਈ ਕਰ ਲੈਣ ਜੀ। ਅਤੇ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ। ਅਪਲਾਈ ਔਨਲਾਈਨ ਕਰਨਾ, ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਾਂਗਾ, ਜਾਂ ਤੁਸੀਂ PPSC ਦੀ ਵੈਬਸਾਈਟ 'ਤੇ ਜਾ ਕੇ ਵੀ ਅਪਲਾਈ ਜਿਹੜਾ ਕਰ ਸਕਦੇ ਹੋ। ਅਤੇ ਚਲੋ ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।